ਅਸੀਂ ਕੀ ਕਰਨਾ, 6 ਨੂੰ ਉਧਰ ਸ਼ਿਫਟ ਕਰਨਾ। ਦੇਖੋ 6 ਨੂੰ ਜਦੋਂ ਅਸੀਂ ਉਧਰ ਸ਼ਿਫਟ ਕਰਨਾ ਤਾਂ ਡਿਵਾਈਡ ਹੋ ਰਿਹਾ, ਉਧਰ ਜਾ ਕੇ ਕੀ ਹੋ ਜਾਊਗਾ ਮਲਟੀਪਲਾਈ। ਜਦੋਂ ਇਹਨੂੰ ਇਧਰ ਮਲਟੀਪਲਾਈ ਕੀਤਾ, ਇਹ ਹੁਣ ਅਸੀਂ ਕੱਟ ਦੇਣੇ, ਕੱਟ ਕੇ ਕੀ ਬਣ ਜਾਊਗਾ, 2 3 10 6, 2 10 20, ਔਰ ਆਨਸਰ ਸਾਡਾ ਕਿੰਨਾ ਆ ਜਾਊਗਾ। ਇਹਨਾਂ ਨੇ ਆਪਸ 'ਚ ਮਲਟੀਪਲਾਈ, ਨਿਊਮੀਰੇਟਰ ਨਿਊਮੀਰੇਟਰ ਨਾਲ ਮਲਟੀਪਲਾਈ ਹੋਊਗਾ, 9 3 ਦਾ ਬਣ ਜਾਊਗਾ 27, ਔਰ 10 ਆ ਗਏ ਡਿਨੋਮੀਨੇਟਰ। ਦਿਸ ਵੁੱਡ ਬੀ ਆਵਰ ਆਨਸਰ। ਓਕੇ, ਨੈਕਸਟ ਅਸੀਂ ਕਰਨਾ ਕੁਸ਼ਚਨ ਇਹ ਵਾਲਾ। ਇਸ ਟਾਈਪ ਦੇ ਕੁਸ਼ਚਨ ਵਿੱਚ ਜਿਹਦੇ ਵਿੱਚ ਇਹ ਲਾਈਨ ਦਿੱਤੀ ਹੋਈ ਹੈ, ਸਾਨੂੰ ਐਲਸੀਅਮ ਲੈਣ ਦੀ ਜ਼ਰੂਰਤ ਨਹੀਂ ਉਹਦੇ ਵਿੱਚ, ਕਿਉਂਕਿ ਇਹਨਾਂ ਦਾ ਕਾਮਨ ਡਿਨੋਮੀਨੇਟਰ ਹੈ ਦੋਨਾਂ ਦਾ। ਕਾਮਨ ਸਮਝਦੇ ਨਾ, ਐਲਸੀਅਮ ਜਿੱਦਾਂ ਹੁੰਦਾ, ਇਹਨਾਂ ਦੋਨਾਂ ਦਾ ਡਿਨੋਮੀਨੇਟਰ 3 ਹੈ। ਐਕਸ ਮਾਈਨਸ 5 ਦਾ ਡਿਨੋਮੀਨੇਟਰ 3 ਹੈ, ਐਕਸ ਦਾ ਵੀ ਡਿਨੋਮੀਨੇਟਰ ਇਹ ਹੈ, 5 ਦਾ ਵੀ ਡਿਨੋਮੀਨੇਟਰ ਇਹੀ ਹੈ। ਇੱਧਰ ਵੀ ਐਕਸ ਦਾ ਡਿਨੋਮੀਨੇਟਰ ਇਹ ਹੈ, 3 ਦਾ ਡਿਨੋਮੀਨੇਟਰ ਵੀ 5 ਹੈ। ਇਸ ਕੇਸ ਵਿੱਚ ਅਸੀਂ ਕ੍ਰੋਸ ਮਲਟੀਪਲਾਈ ਕਰੀਦਾ ਸਭ ਤੋਂ ਪਹਿਲੇ, ਇਹਨੂੰ ਸਿੰਗਲ ਲਾਈਨ 'ਚ ਲੈ ਕੇ ਆਈਦਾ ਸਭ ਤੋਂ ਪਹਿਲੇ ਅਸੀਂ। ਕ੍ਰੋਸ ਮਲਟੀਪਲਾਈ 'ਚ ਕੀ ਹੋਣਾ, ਅਸੀਂ ਇੱਥੇ ਬ੍ਰੈਕਟ ਪਾ ਦੇਣਾ। ਬ੍ਰੈਕਟ ਮੀਨਸ ਮਲਟੀਪਲਾਈ, ਇਹਦਾ ਡਿਨੋਮੀਨੇਟਰ, ਇਹਦਾ ਨਿਊਮੀਰੇਟਰ, ਇਹਦਾ ਡਿਨੋਮੀਨੇਟਰ, ਇਹਦਾ ਨਿਊਮੀਰੇਟਰ। ਓਕੇ, ਹੁਣ ਬ੍ਰੈਕਟ ਮੀਨਸ ਮਲਟੀਪਲਾਈ, ਇਹਨੇ 5 ਨੇ ਇਹਦੇ ਨਾਲ ਵੀ ਮਲਟੀਪਲਾਈ ਹੋਣਾ, ਔਰ ਇਹਦੀ ਸੈਕਿੰਡ ਟਰਮ ਨਾਲ ਵੀ ਮਲਟੀਪਲਾਈ ਹੋਣਾ। 5 ਨੇ ਐਕਸ ਨਾਲ ਮਲਟੀਪਲਾਈ ਹੋ ਕੇ ਬਣ ਜਾਣਾ 5x, ਮਾਈਨਸ 5 5 ਦਾ ਬਣ ਜਾਣਾ 25, ਔਰ ਇਹ ਬਣ ਜੂਗਾ 3x ਮਾਈਨਸ 9। ਹੁਣ ਐਕਸ ਵਾਲੀਆਂ ਟਰਮਸ ਇੱਕ ਸਾਈਡ ਸ਼ਿਫਟ ਕਰ ਦਿਓ, 3x ਇੱਧਰ ਪੋਜ਼ਿਟਿਵ, ਇੱਧਰ ਆ ਕੇ ਕੀ ਹੋ ਜੂਗਾ, ਨੈਗੇਟਿਵ ਹੋ ਜੂਗਾ। 25 ਇੱਧਰ ਨੈਗੇਟਿਵ, ਇੱਧਰ ਜਾ ਕੇ ਪੋਜ਼ਿਟਿਵ ਹੋ ਜੂਗਾ। ਹੁਣ ਦੇਖੋ 5x ਮਾਈਨਸ 3x ਹੋ ਜੂਗਾ ਸਾਡਾ 2x, ਔਰ 25 ਮਾਈਨਸ 9, 25 ਪਲੱਸ ਦਾ ਹੈ, 9 ਮਾਈਨਸ ਦਾ ਹੈ, ਪਲੱਸ ਮਾਈਨਸ ਮਾਈਨਸ ਹੋਊਗੀ। 25 ਚੋਂ 9 ਮਾਈਨਸ ਕੀਤੇ ਤਾਂ ਕਿੰਨਾ ਆ ਜੂਗਾ ਸਾਡਾ, 16। ਓਕੇ, 2x ਇਕੁਅਲ ਟੂ ਆ ਗਿਆ ਸਾਡਾ 16, ਔਰ x ਇਕੁਅਲ ਟੂ ਆ ਜੂਗਾ 16 ਡਿਵਾਈਡਡ ਬਾਈ 2, ਬਿਕੋਜ਼ 2 ਇੱਧਰ ਮਲਟੀਪਲਾਈ ਹੋ ਰਿਹਾ, ਉੱਧਰ ਜਾ ਕੇ ਡਿਵਾਈਡ ਹੋ ਜੂਗਾ। 2 8 ਦਾ 16, x ਇਕੁਅਲ ਟੂ 8 ਵਿਲ ਬੀ ਆਵਰ ਆਨਸਰ। ਨਾਉ ਲਾਸਟ ਸਮ ਇਜ਼ 3y ਪਲੱਸ 4 ਓਵਰ 2 ਮਾਈਨਸ 6y ਇਕੁਅਲ ਟੂ ਮਾਈਨਸ 2 ਓਵਰ 5। ਇਨ ਦਿਸ ਕੇਸ ਵੀ ਵਿਲ ਡੂ ਕ੍ਰੋਸ ਮਲਟੀਪਲੀਕੇਸ਼ਨ। ਓਕੇ, ਕ੍ਰੋਸ ਮਲਟੀਪਲਾਈ ਕਰੋ ਇਹਨੂੰ, ਇਹ ਬਣ ਜੂਗਾ ਸਾਡਾ 5, ਮਲਟੀਪਲਾਈ ਮੀਨਸ ਬ੍ਰੈਕਟ ਪਾ ਦੇਣੀ, 3y ਪਲੱਸ 4 ਇਕੁਅਲ ਟੂ ਮਾਈਨਸ 2, 2 ਮਾਈਨਸ 6y। ਓਕੇ, ਕੁਛ ਨਹੀਂ ਕੀਤਾ, ਬਸ ਸਿੰਪਲੀ ਇਹਨਾਂ ਨੂੰ ਅਸੀਂ ਕ੍ਰੋਸ ਮਲਟੀਪਲਾਈ ਦੀ ਪੋਜੀਸ਼ਨ 'ਚ ਲਿਖ ਦਿੱਤਾ। ਹੁਣ ਇਹਨਾਂ ਨੇ ਮਲਟੀਪਲਾਈ ਹੋਣਾ, 5 ਨੇ ਪਹਿਲੇ ਇਹਦੇ ਨਾਲ ਮਲਟੀਪਲਾਈ ਹੋਣਾ, ਫਿਰ ਪਿੱਛੇ ਟਰਮ ਨਾਲ, 5 3 ਦਾ 15, ਵਾਈ ਨਾਲ ਇੱਦੀ ਆ ਜੂਗੀ। ਜਦੋਂ ਅਸੀਂ ਮਲਟੀਪਲਾਈ ਕਰਨਾ, ਨੰਬਰਸ ਆਪਸ ਵਿੱਚ ਮਲਟੀਪਲਾਈ ਹੋਊਗੇ, ਵੇਰੀਏਬਲਸ ਅਸੀਂ ਐਜ਼ ਇਟ ਇਜ਼ ਲਿਖ ਦੇਣੇ, 5 4 ਦਾ 20, ਔਰ ਸਿੰਬਲ ਵੀ ਉਹੀ ਰਹਿਣੇ, ਸਿੰਬਲ ਉਦੋਂ ਚੇਂਜ ਹੋਣੇ ਅਗਰ ਮੰਨ ਲਓ ਬਾਹਰ ਮਾਈਨਸ ਹੈ। ਓਕੇ, ਅਗਰ ਨਹੀਂ ਹੈ, ਪੋਜ਼ਿਟਿਵ ਹੈ, ਪਲੱਸ 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 ਹੀ ਰਹਿੰਦਾ। ਓਕੇ, ਮਾਈਨਸ 2 ਨੇ ਇੱਧਰ ਮਲਟੀਪਲਾਈ ਹੋਣਾ, ਇਹ ਬਣ ਜੂਗਾ ਮਾਈਨਸ 4। ਨੈਕਸਟ ਹੁਣ ਦੇਖੋ, ਹੁਣੇ ਮਾਈਨਸ ਨਾਲ ਮਾਈਨਸ ਮਲਟੀਪਲਾਈ, ਇੱਧਰ ਮਾਈਨਸ ਹੈ, ਇਹਨੇ ਮਾਈਨਸ ਨਾਲ ਮਲਟੀਪਲਾਈ ਹੋਣਾ। ਹੁਣ ਮਾਈਨਸ ਮਾਈਨਸ ਹੋ ਜੂਗਾ ਪਲੱਸ, ਨੈਕਸਟ ਫਿਰ ਹੋ ਜੂਗਾ ਸਾਡਾ, ਫਿਰ ਅਸੀਂ ਇਹਨੂੰ 2 ਨਾਲ ਮਲਟੀਪਲਾਈ ਕਰਨਾ, 2 6 ਦਾ ਹੋ ਜੂਗਾ ਸਾਡਾ 12y। ਓਕੇ, ਹੁਣ ਕੀ ਕਰਨਾ ਅਸੀਂ, ਵਾਈ ਵਾਲੀਆਂ ਟਰਮਸ, ਵਾਈ ਇਜ਼ ਵੇਰੀਏਬਲ, ਵਾਈ ਨੂੰ ਇੱਕ ਸਾਈਡ ਸ਼ਿਫਟ ਕਰਨਾ, 15y, 12y ਇੱਧਰ ਪਲੱਸ ਹੋ ਰਿਹਾ, ਇੱਧਰ ਆ ਕੇ ਕੀ ਹੋ ਜੂਗਾ ਮਾਈਨਸ, 4 ਆਲਰੇਡੀ ਨੈਗੇਟਿਵ ਹੈ, 20 ਇੱਧਰ ਪਲੱਸ ਹੋ ਰਿਹਾ, ਇੱਧਰ ਆ ਕੇ ਹੋ ਜੂਗੇ ਮਾਈਨਸ। 15y ਮਾਈਨਸ 12y ਵਿਲ ਬੀ 3y, ਔਰ ਇਹ ਹੋ ਜੂਗਾ ਮਾਈਨਸ ਮਾਈਨਸ ਪਲੱਸ, ਨੰਬਰਸ ਵਿਲ ਬੀ ਐਡਿਡ, ਬਟ ਵੀ ਵਿਲ ਟੇਕ ਸਾਈਨ ਆਫ ਬਿਗ ਨੰਬਰ, ਦੈਟ ਇਜ਼ ਨੈਗੇਟਿਵ। ਮਾਈਨਸ ਮਾਈਨਸ ਪਲੱਸ ਹੋ ਜੂਗਾ, ਨੰਬਰਸ ਆਪਸ ਵਿੱਚ ਪਲੱਸ ਹੋ ਕੇ ਬਣ ਗਏ 24, ਔਰ ਸਾਈਨ ਬਿਗ ਟਰਮ, ਬਿਗ ਟਰਮ ਇੱਥੇ ਹੈਗੀ 20, ਦੈਟ ਇਜ਼ ਨੈਗੇਟਿਵ, ਸੋ ਵੀ ਵਿਲ ਟੇਕ 24 ਐਸ ਅ ਨੈਗੇਟਿਵ। ਵਾਈ ਇਕੁਅਲ ਟੂ ਆ ਗਿਆ ਸਾਡਾ ਮਾਈਨਸ 24 ਓਵਰ 3, ਔਰ ਇਹ ਕੱਟ ਜੂਗਾ 3 ਦੇ ਟੇਬਲ ਦੇ, 3 8 ਦਾ 24, ਵਾਈ ਇਜ਼ ਇਕੁਅਲ ਟੂ ਮਾਈਨਸ 8 ਵਿਲ ਬੀ ਆਵਰ ਆਨਸਰ। ਥੈਂਕ ਯੂ।